ਪੰਜਾਬੀ ਰੇਡੀਓ ਜੋ ਐਸ ਐਸ ਹੋ ਰਿਹਾ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਜੀ ਪ੍ਰੋਗਰਾਮ ਖਬਰ 'ਤੇ ਨਜ਼ਰ। ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨਾ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਉੱਥਰ ਪੁੱਥਰ ਹੋ ਰਹੀ ਹੈ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੂਜੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500, ਗੁਰਦੀਪ ਸਿੰਘ ਬਿਰਦੀ ਕਲੋਬਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਜੋ ਬਸੇਟੀ ਤੋਂ, ਸਤਨਾਮ ਸਿੰਘ ਸ਼ਿਰਗਿੱਲ ਸਲਵਾ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਸਰਬਜੀਤ ਸਿੰਘ ਚੋਕਰ ਟਰਲਿਕ ਤੋਂ, ਸੁਰਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਸਮਰਾ ਜੋ ਬਸੇਟੀ ਤੋਂ, ਟਲੈਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਜੋ ਟਰੱਕ ਵਾਚ ਵੀ ਕਰਦੇ ਨੇ ਟਲੈਰੀ ਤੋਂ, ਉਹਨਾਂ ਦਾ ਫੋਨ ਨੰਬਰ 5596851260। ਇਹਨਾਂ ਤੋਂ ਤੁਸੀਂ ਕਾਲ ਕਰਕੇ ਟਰੱਕ ਦੀ ਰਿਪੇਅਰ ਕਰਵਾ ਸਕਦੇ ਹੋ ਅਤੇ ਟਰੱਕ ਵਾਸ਼ ਵੀ ਕਰਵਾ ਸਕਦੇ ਹੋ ਅਤੇ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪਾਨੂੰ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਆਪਾਂ ਪਹਿਲਾਂ ਪੰਜਾਬ ਦੇ ਮੰਤਰੀ ਮੰਡਲ ਦੀ ਗੱਲ ਕਰਦੇ ਹਾਂ, ਉਸ ਦਾ ਜਿਹੜੇ ਫੈਸਲੇ ਕੀਤੇ ਆ ਅਤੇ ਉਹਨਾਂ ਦਾ ਪ੍ਰਭਾਵ ਕਿਸ ਤਰ੍ਹਾਂ ਦੇ ਪੈਣਗੇ? ਦੋ ਤਿੰਨ ਬੜੇ ਅਹਿਮ ਫੈਸਲੇ ਜਿਹੜੇ ਆ ਉਹ ਸਰਕਾਰ ਨੇ ਕੀਤੇ ਆ। ਇੱਕ ਤਾਂ ਜਿਹੜਾ ਪਾਇਲਟ ਪ੍ਰੋਜੈਕਟ ਦੇ ਵਾਸਤੇ ਕੁਛ ਡਿਸਟ੍ਰਿਕਟ ਜਿਹੜੇ ਉਹ ਪਿੱਕ ਕੀਤੇ ਗਏ ਆ, ਜਿਨ੍ਹਾਂ ਦੇ ਵਿੱਚ ਕਿਸਾਨਾਂ ਦੇ ਟਿਊਬਵੈੱਲਾਂ ਦੇ ਉੱਤੇ ਮੀਟਰ ਜਿਹੜੇ ਉਹ ਲਾਏ ਜਾਣਗੇ। ਇਹਦੇ ਵਾਸਤੇ ਇਹਦਾ ਜਿਹੜਾ ਜੀ ਪ੍ਰਭਾਵ ਇਹ ਪਊਗਾ ਕਿ ਜਿੰਨੀ ਬਿਜਲੀ ਮੰਨ ਲਓ ਮੁਫ਼ਤ ਦਿੱਤੀ ਜਾ ਰਹੀ ਆ, ਜੇ ਉਹਨੂੰ ਘੱਟ ਉਹ ਬਿਜਲੀ ਖਰਚਦੇ ਆ ਤੇ ਉਹਨਾਂ ਦੀ ਸਬਸਿਡੀ ਦੇ ਜਿਹੜੇ ਪੈਸੇ ਆ ਉਹਨਾਂ ਦੇ ਅਕਾਊਂਟ ਦੇ ਵਿੱਚ ਪੈ ਜਾਣਗੇ। ਇਹਦਾ ਦੂਸਰਾ ਮਤਲਬ ਇਹ ਹੋਊਗਾ ਜੇ ਉਹਦੇ ਤੋਂ ਉੱਪਰ ਜਿਹੜੀ ਆ ਜੀ ਉਹ ਬਿਜਲੀ ਖਰਚਦੇ ਆ ਤਾਂ ਉਹਦਾ ਬਿੱਲ ਜਿਹੜਾ ਆਉਣ ਵਾਲੇ ਸਮੇਂ ਦੇ ਦੌਰਾਨ ਲਾਇਆ ਜਾਊਗਾ। ਵੈਸੇ ਇਹ ਦੇਖਿਆ ਜਾਵੇ ਤਾਂ ਜਿਹੜਾ ਸਰਕਾਰ ਦਾ ਫੈਸਲਾ ਹੈ ਬਿਲਕੁਲ ਦਰੁਸਤ ਹੈ, ਕਿਉਂਕਿ ਇਹਦੇ ਨਾਲ ਹੋ ਇਹ ਰਿਹਾ ਜੀ ਕਿ ਜਿਹੜੀ ਬਿਜਲੀ ਆ ਜਿਹੜੀ ਮੁਫ਼ਤ ਦਿੱਤੀ ਜਾ ਰਹੀ ਆ ਕਿਸਾਨਾਂ ਨੂੰ ਉਹਦੀ ਦੁਰਵਰਤੋਂ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਆ ਜੀ ਹੁੰਦੀ ਹੈ। ਜੇ ਮੰਨ ਲਓ ਕਿਤੇ 5 horsepower ਦਾ ਜਿਹੜਾ ਜੀ ਉਹਨਾਂ ਦੇ ਕੋਲੇ ਕਨੈਕਸ਼ਨ ਹੈ ਲਾਈਆਂ ਹੋਈਆਂ ਨੇ ਜਿਹੜੀਆਂ ਉਹ ਮੋਟਰਾਂ ਜ਼ਿਆਦਾ, ਉਹਦੇ ਨਾਲ ਹੋ ਕੀ ਰਿਹਾ ਜਿਹੜਾ ਘਰੇਲੂ ਖਪਤਕਾਰ ਹੈ ਉਹਦੇ ਉੱਤੇ ਬਹੁਤ ਵੱਡਾ ਅਸਰ ਪੈ ਰਿਹਾ। ਜਿਹੜਾ ਚਲੋ ਅਮੀਰ ਲੋਕ ਤਾਂ ਦੇਈ ਜਾਂਦੇ ਆ, ਜਿਹੜਾ ਗਰੀਬ ਆ ਜਿਹਦੇ ਘਰੇ ਇੱਕ ਬਿਜਲੀ ਦਾ ਬਲਬ ਤੇ ਇੱਕ ਪੱਖਾ ਲੱਗਿਆ ਉਹਦੇ 'ਚ 3-3 ਹਜ਼ਾਰ ਰੁਪਇਆ 4-4 ਹਜ਼ਾਰ ਰੁਪਇਆ ਬਿੱਲ ਆ ਰਿਹਾ, ਉਹਦਾ ਕਚੂਮਰ ਜਿਹੜਾ ਜੀ ਉਹ ਨਿਕਲ ਰਿਹਾ, ਕਿਉਂਕਿ ਜਿੰਨੀ ਮੁਫ਼ਤ ਬਿਜਲੀ ਜਿਹੜੀ ਜੀ ਉਹ ਜਾ ਰਹੀ ਆ ਉਹਦਾ ਅਸਰ ਤਾਂ ਜਿਹੜਾ ਜੀ ਉਹ ਪੈਣਾ ਹੀ ਆ ਘਰੇਲੂ ਖਪਤਕਾਰ ਦੇ ਉੱਤੇ। ਹਾਲਾਂਕਿ ਵਿਰੋਧੀ ਧਿਰਾਂ ਜਿਹੜੀਆਂ ਜੀ ਇਹਨੂੰ ਲੈ ਰਹੀਆਂ ਨੇ ਕਿ ਸਰਕਾਰ ਜਿਹੜੀ ਆ ਉਹ ਕਿਸਾਨਾਂ ਦੇ ਬਿਜਲੀ ਦੇ ਬਿੱਲ ਲਾਉਣ ਜਾ ਰਹੀ ਆ। ਇਹ ਬਿਜਲੀ ਦੇ ਬਿੱਲ ਨਹੀਂ, ਇਹ ਕੰਟਰੋਲ ਕਰਨ ਦੇ ਵਾਸਤੇ ਜਿਹੜਾ ਜੀ ਇਹ ਪਾਇਲਟ ਪ੍ਰੋਜੈਕਟ ਅਜੇ ਆਰੰਭਿਆ ਗਿਆ। ਦੂਸਰਾ ਜਿਹੜਾ ਫੈਸਲਾ ਜਿਹੜਾ ਕੀਤਾ ਗਿਆ ਉਹ ਇਹ ਹੈ ਕਿ ਜਿਹੜੇ ਇਹਨਾਂ ਨੇ ਸੇਵਾ ਕੇਂਦਰ ਪਿਛਲੀ ਸਰਕਾਰ ਨੇ ਖੋਲ੍ਹੇ ਸੀਗੇ ਇਹ ਇੱਕ ਪ੍ਰਾਈਵੇਟ ਫਰਮ ਨੂੰ ਠੇਕਾ ਦਿੱਤਾ ਗਿਆ ਸੀ। ਇਹ ਫਰਮ ਕਿਹਦੀ ਆ, ਇਹ ਵੈਸੇ ਕਦੀ ਇਨਵੈਸਟੀਗੇਸ਼ਨ ਤਾਂ ਨਹੀਂ ਹੋਈ, ਹੁੰਦੀ ਤਾਂ ਅਸਲ ਕਹਾਣੀ ਜਿਹੜੀ ਜੀ ਉਹ ਸਾਹਮਣੇ ਆ ਜਾਣੀ ਸੀ। ਇਹਦੇ ਵਿੱਚੋਂ ਸਿਰਫ ਜਿਹੜੇ ਆ ਜੀ ਉਹ 500 ਜਿਹੜੇ ਉਹ ਚਾਲੂ ਰਹਿਣਗੇ, 1600 ਤੋਂ ਉੱਪਰ ਜਿਹੜੇ ਆ ਉਹ ਬੰਦ ਕਰ ਦਿੱਤੇ ਜਾਣਗੇ। ਇਹ ਚਿੱਟੇ ਹਾਥੀ ਅਸਲ ਦੇ ਵਿੱਚ ਜਿਹੜਾ ਜੀ ਉਹ ਬੰਨੇ ਸੀਗੇ ਬਿਲਡਿੰਗਾਂ ਦੇ ਰੂਪ ਦੇ ਵਿੱਚ, ਕਰੋੜਾਂ ਰੁਪਇਆ ਸਰਕਾਰ ਨੇ ਬਿਲਡਿੰਗਾਂ ਬਣਾ ਕੇ ਦਿੱਤੀਆਂ, ਢਾਂਚਾ ਜਿਹੜਾ ਸੀ ਉਹ ਵਿਕਸਿਤ ਕਰਕੇ ਦਿੱਤਾ, ਤੇ ਜੇ ਤੁਸੀਂ ਉਹਨਾਂ ਤੋਂ ਸੇਵਾਵਾਂ ਲੈਣ ਜਾਓ ਤੇ ਉੱਥੇ ਸੇਵਾਵਾਂ ਕੁਝ ਵੀ ਨਹੀਂ ਹੈਗੀਆਂ ਜੀ, ਉਹ ਦੇ ਲੈ ਕੇ ਮਿੱਟੀ ਗੋਲੀ ਦੇ ਕੇ ਅੱਗੇ ਤੋਰ ਦਿੰਦੇ ਕਿ ਤੁਸੀਂ ਜਿਹੜਾ ਜਾਓ ਜੀ ਸੁਵਿਧਾ ਸੈਂਟਰਾਂ ਦੇ ਵਿੱਚ, ਉੱਥੇ ਤੁਹਾਡਾ ਕੰਮ ਹੋਊਗਾ। ਜੇ ਮੁੜ ਕੇ ਜਾਣਾ ਸੁਵਿਧਾ ਸੈਂਟਰ ਦੇ ਵਿੱਚ ਹੀ ਪੈਣਾ ਤੇ ਫਿਰ ਇਹ ਸੇਵਾ ਕੇਂਦਰ ਜਿਹੜੇ ਜੀ ਉਹ ਕਾਹਦੇ ਵਾਸਤੇ ਖੋਲ੍ਹੇ ਸੀਗੇ? ਇਹ ਜਿਹੜਾ ਮਹੀਨੇ ਵਾਈਜ਼ ਜਿਹੜਾ ਪੈਸਾ ਦਿੱਤਾ ਜਾ ਰਿਹਾ ਸੀ ਸਰਕਾਰ ਦੇ ਵੱਲੋਂ ਇਸ ਪ੍ਰਾਈਵੇਟ ਫਰਮ ਨੂੰ, ਉਹ ਜਿਹੜੀ ਆ ਜੀ ਉਹ ਸੇਵਿੰਗ ਉਹ ਹੋ ਸਕਦੀ ਆ ਜੀ ਕਿਤੇ ਨਾ ਕਿਤੇ। ਔਰ ਇਹਨੂੰ ਕਿਉਂਕਿ ਜਿਹੜੇ ਮੰਤਰੀ ਸੀਗੇ ਜੀ ਉਹਨੂੰ ਜਨਤਕ ਲੁੱਟ ਕਰਾਰ ਦਿੱਤਾ ਸੀਗਾ ਕਿ ਜਨਤਕ ਲੁੱਟ ਜਿਹੜੀ ਆ ਜੀ ਉਹ ਹੋ ਰਹੀ ਆ, ਜਿਹਦੇ ਕਰਕੇ ਹੁਣ ਨੇ ਇਹ ਜਿਹੜੇ ਜੀ ਬੰਦ ਕੀਤੇ ਜਾ ਰਹੇ ਨੇ। ਇਹ ਕੁਛ ਅਹਿਮ ਫੈਸਲੇ ਨੇ ਜਿਹੜੇ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਲਏ ਗਏ ਆ। ਜੀ ਜੀ ਬਿਲਕੁਲ, ਇੱਕ ਦਿਨ ਕਿਸੇ ਨੂੰ ਤਾਂ ਲੈਣੇ ਪੈਣੇ ਸੀਗੇ, ਚੰਗੇ ਤਾਂ ਨਹੀਂ ਲੱਗਦੇ ਆਮ ਲੋਕਾਂ ਨੂੰ ਜਿਹੜੇ ਲਾਭ ਲੈਂਦੇ ਆ। ਅਤੇ ਅੱਗੇ ਆਪਾਂ ਪਦਮਾਵਤ ਮੂਵੀ ਦੀ ਗੱਲ ਕਰੀਏ ਕਿ ਉਸ ਨੂੰ ਲੈ ਕੇ ਜਿਹੜੇ ਜਿਹਨਾਂ ਦੇ ਵਿੱਚ ਜਿਹੜੇ ਰਾਜਾਂ ਦੇ ਵਿੱਚ ਭਾਜਪਾ ਦਾ ਕਬਜ਼ਾ ਆ ਉਹਨਾਂ ਦੇ ਵਿੱਚ ਹਿੰਸਾ ਭੜਕੀ। ਬਿਲਕੁਲ ਜੀ, ਇਹ ਜਿੱਥੇ ਜਿੱਥੇ ਹਿੰਸਾ ਜਿਹੜੀ ਭੜਕੀ ਆ ਜੀ ਉਹ ਸਿਰਫ ਕਾਂਗਰਸ ਦੇ ਰਾਜ ਨੇ, ਉਹ ਚਾਹੇ ਰਾਜਸਥਾਨ ਹੈ, ਹਰਿਆਣਾ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਗੈਰ ਭਾਜਪਾ ਰਾਜਾਂ ਦੇ ਵਿੱਚ ਕਿਸੇ ਜਗ੍ਹਾ ਤੋਂ ਕਿਸੇ ਕਿਸਮ ਦੀ ਹਿੰਸਾ ਦੀ ਖਬਰ ਜਿਹੜੀ ਆ ਜੀ ਉਹ ਨਹੀਂ ਆ ਰਹੀ। ਇੱਥੋਂ ਤੱਕ ਕਿ ਕਰਨੀ ਸੈਨਾ ਵਾਲੇ ਜਿਹੜੇ ਆ ਜੀ ਉਹ ਗਿਰ ਗਏ ਕਿ ਇੱਕ ਬੱਚਿਆਂ ਦੀ ਸਕੂਲ ਦੀ ਬੱਸ ਸੀਗੀ ਜੀ ਗੁੜਗਾਓਂ ਦੀ, ਜਿਹਨੂੰ ਹੁਣ ਗੁਰੂਗ੍ਰਾਮ ਇਹਨਾਂ ਨੇ ਕਰਤਾ, ਉਹਦੇ ਵਿੱਚ ਜੀ ਡੀ ਗੋਇੰਦਕਾ ਵਰਲਡ ਸਕੂਲ ਦੇ 20-25 ਬੱਚੇ ਸਵਾਰ ਸੀਗੇ ਜੀ।
ਹਮਲਾਵਰਾਂ ਨੇ ਡਰਾਈਵਰ ਨੂੰ ਬੱਸ ਰੋਕਣ ਲਈ ਕਿਹਾ, ਉਹਨੇ ਬੱਸ ਨਹੀਂ ਰੋਕੀ, ਉਹਦੇ ਉੱਤੇ ਪੱਥਰ ਜਿਹੜੇ ਸੀ ਉਹ ਸੁੱਟੇ ਗਏ, ਬੱਚੇ ਡਰਦੇ ਕਰਕੇ ਜਿਹੜਾ ਜੀ ਉਹ ਚੀਕਾਂ ਮਾਰ ਰਹੇ ਸੀ। ਇਹਨਾਂ ਬੱਚਿਆਂ ਨੂੰ ਵਿਚਾਰਿਆਂ ਨੂੰ ਕੀ ਪਤਾ ਕਿ ਕਰਨੀ ਸੈਨਾ ਵਾਲੇ ਜਿਹੜੇ ਆ ਜੀ ਉਹ ਕਿਸ ਚੀਜ਼ ਦੇ ਉੱਤੇ ਸਿਆਸਤ ਕਰ ਰਹੇ ਆ, ਉਸ ਫਿਲਮ ਨੂੰ ਰੋਕਣ ਦੀ ਗੱਲ ਕਰ ਰਹੇ ਆ ਜਿਹੜੀ ਅਜੇ ਰਿਲੀਜ਼ ਨਹੀਂ ਹੋਈ, ਜਿਹੜੀ ਕਿਸੇ ਨੇ ਅਜੇ ਵੇਖੀ ਨਹੀਂ ਗੀ। ਭਾਵ ਕਿ ਇਹ ਭੀੜਾਂ ਜਿਹੜੀਆਂ ਜੀ ਉਹਨਾਂ ਨੂੰ ਉਕਸਾਇਆ ਜਾ ਰਿਹਾ। ਕਰਨੀ ਸੈਨਾ ਦਾ ਜਿਹੜਾ ਮੁਖੀ ਆ ਉਹ ਲਗਾਤਾਰ ਜਿਹੜੀ ਆ ਉਹ ਬੇਲੋੜੀ ਬਿਆਨਬਾਜ਼ੀ ਕਰ ਰਿਹਾ। ਅਜੇ ਤੱਕ ਉਹਨੂੰ ਜਿਹੜਾ ਜੀ ਸਰਕਾਰ ਨੇ ਅਰੈਸਟ ਨਹੀਂ ਕੀਤਾ ਕਿਸੇ ਨੇ ਵੀ, ਉਹਨੂੰ ਸ਼ਹਿ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ। ਕਿਉਂ? ਕਿਉਂਕਿ ਵੋਟਾਂ ਜਿਹੜੀਆਂ ਜੀ ਉਹ ਜੁੜੀਆਂ ਹੋਈਆਂ, ਰਾਜਪੂਤ ਭਾਈਚਾਰੇ ਦੀਆਂ ਵੋਟਾਂ ਜਿਹੜੀਆਂ ਉਹ ਖਰਾਬ ਨਾ ਹੋ ਜਾਣ। ਔਰ ਇਹ ਜਿਹੜੀ ਹਿੰਸਾ ਹੈ ਜੀ, ਸਿਰਫ ਜਿਵੇਂ ਤੁਹਾਨੂੰ ਦੱਸਿਆ ਕਿ ਬੀਜੇਪੀ ਦੇ ਸੂਬਿਆਂ ਦੇ ਵਿੱਚ ਹੀ ਜਿਹੜੀ ਆ ਉਹ ਹੋ ਰਹੀ ਆ, ਹੋਰ ਕਿਸੇ ਜਗ੍ਹਾ ਦੇ ਉੱਤੇ ਨਹੀਂ। ਹੁਣ ਜਿਹੜੇ ਇਹ ਮਲਟੀਪਲੈਕਸ ਵਾਲੇ ਨੇ ਉਹਨਾਂ ਦੇ ਧੌਣ ਦੇ ਉੱਤੇ ਗੋਡਾ ਰੱਖ ਕੇ ਉਹਨਾਂ ਤੋਂ ਇਹ ਕਹਾਇਆ ਜਾ ਰਿਹਾ ਜੀ ਕਿ ਅਸੀਂ ਫਿਲਮ ਜਿਹੜੀ ਉਹ ਰਿਲੀਜ਼ ਕਰਨ ਦੇ ਵਾਸਤੇ ਤਿਆਰ ਨਹੀਂ, ਸੁਰੱਖਿਆ ਦੇ ਪੱਖੋਂ ਸਾਡੇ ਮਲਟੀਪਲੈਕਸ ਨੂੰ ਜਿਹੜਾ ਜੀ ਉਹ ਖਤਰਾ ਹੈ। ਅਜਿਹਾ ਹਰਿਆਣੇ ਦੇ ਵਿੱਚ ਵੀ ਕਰਾਇਆ ਗਿਆ, ਇਸ ਤਰ੍ਹਾਂ ਦਾ ਉੱਤਰ ਪ੍ਰਦੇਸ਼ ਦੇ ਵਿੱਚ ਵੀ ਕਰਾਇਆ ਗਿਆ, ਇਸੇ ਤਰ੍ਹਾਂ ਦਾ ਰਾਜਸਥਾਨ ਦੇ ਵਿੱਚ ਵੀ ਜਿਹੜਾ ਜੀ ਉਹ ਕਰਵਾਇਆ ਗਿਆ। ਜਿਹੜੇ ਇਹ ਹੁੱਲੜਬਾਜ਼ ਨੇ ਇਹਨਾਂ ਨੇ ਗੁੜਗਾਓਂ ਦੇ ਵਿੱਚ ਇੱਕ ਜਿਹੜਾ ਮੇਨ ਰੋਡ ਸੀ ਉਹਨੂੰ ਜਾਮ ਕਰਨ ਦੀ ਕੋਸ਼ਿਸ਼ ਕੀਤੀ, ਇੱਕ ਬੱਸ ਨੂੰ ਜਿਹੜੀ ਸੀ ਉਹ ਅੱਗ ਲਾ ਦਿੱਤੀ। ਲਖਨਊ ਦੇ ਵਿੱਚ ਇਹਨਾਂ ਨੂੰ ਜਿਹੜਾ ਖੰਡਾਉਣ ਦੇ ਵਾਸਤੇ ਪੁਲਿਸ ਨੂੰ ਲਾਠੀ ਚਾਰਜ ਵੀ ਜਿਹੜਾ ਸੀਗਾ ਉਹ ਕਰਨਾ ਪਿਆ। ਕਰਨੀ ਸੈਨਾ ਦੇ ਜਿਹੜੇ ਮੈਂਬਰ ਸੀ ਉਹਨਾਂ ਨੇ ਜੈਪੁਰ ਦੇ ਵਿੱਚ ਵੀ ਦੋ ਸਰਕਾਰੀ ਬੱਸਾਂ ਦੀ ਜਿਹੜੀ ਆ ਜੀ ਉਹ ਭੰਨ ਤੋੜ ਕੀਤੀ। ਹੈਰਾਨੀ ਵਾਲੀ ਗੱਲ ਜਿਹੜੀ ਆ ਜੀ ਇਹ ਆ ਕਿ ਇਹ ਗੁੰਡਾ ਟਾਈਪ ਦੇ ਜਿਹੜੇ ਲੋਕ ਨੇ ਉਹ ਸੜਕਾਂ ਦੇ ਉੱਤੇ ਦੰਦਨ ਆਉਂਦੇ ਫਿਰਦੇ ਨੇ ਤੇ ਸਰਕਾਰਾਂ ਜਿਹੜੀਆਂ ਜੀ ਉਹਨਾਂ ਦੀ ਪਿੱਠ ਥੱਪੜ ਰਹੀਆਂ ਨੇ। ਜਦੋਂ ਚਾਰ ਚਫੇਰੇ ਤੋਂ ਰਾਹ ਜਿਹੜਾ ਜੀ ਬੰਦ ਹੋ ਗਿਆ, ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਫਿਲਮ ਤਾਂ ਰਿਲੀਜ਼ ਜਿਹੜੀ ਆ ਜੀ ਉਹ ਹੋਊਗੀ, ਕਿਉਂਕਿ ਸਰਕਾਰਾਂ ਜੇ ਰੋਕਦੀਆਂ ਨੇ ਹੁਣ ਉਹ ਕੰਟੈਂਪਟ ਆਫ ਕੋਰਟ ਹੋ ਜਾਊਗਾ ਤੇ ਜਿਹਨਾਂ ਲੋਕਾਂ ਨੂੰ ਕਾਨੂੰਨ ਦੀ ਕੋਈ ਪਰਵਾਹ ਹੀ ਨਹੀਂ ਗੀ ਉਹਨਾਂ ਲੋਕਾਂ ਨੂੰ ਸ਼ਹਿ ਦੇ ਕੇ ਜਿਹੜਾ ਜੀ ਉਹ ਸੜਕਾਂ ਦੇ ਉੱਤੇ ਛੱਡਿਆ ਹੋਇਆ ਕਿ ਜਿਵੇਂ ਇਸ ਫਿਲਮ ਦੇ ਨਾਲ ਪਤਾ ਨਹੀਂ ਕੀ ਉਲਟ ਫੇਰ ਜਿਹੜਾ ਜੀ ਉਹ ਵੱਡਾ ਹੋ ਜਾਣਾ ਹੋਵੇ। ਜਿਨ੍ਹਾਂ ਨੇ ਫਿਲਮ ਅਜੇ ਇਹ ਵੇਖੀ ਹੋਈ ਨਹੀਂ ਉਹ ਇਹਦਾ ਵਿਰੋਧ ਕਰੀ ਜਾਂਦੇ ਆ ਜੀ। ਵਿਰੋਧ ਵੀ ਕਰੀ ਜਾਂਦੇ ਆ ਤੇ ਜਿਹੜੇ ਭੰਨ ਤੋੜ ਕਰਦੇ ਉਹਨਾਂ ਤੇ ਕੇਸ ਵੀ ਕੋਈ ਨਹੀਂ ਹੋ ਰਹੇ। ਤੇ ਅੱਗੇ ਆਪਾਂ ਨਵਜੋਤ ਸਿੱਧੂ ਦੀ ਗੱਲ ਕਰਦੇ ਹਾਂ ਤੇ ਜਿਹੜੇ ਉਸਦੇ ਸਮਰਥਕ ਸੀਗੇ ਕੌਂਸਲਰ ਉਹਨਾਂ ਨੂੰ ਨੋਟਿਸ ਜਾਰੀ। ਕਹਿੰਦੇ ਇਹ ਕੱਲ ਜਿਹੜਾ ਸੀਗਾ ਡਰਾਮਾ ਸਾਰਾ ਦਿਨ ਹੀ ਚੱਲਦਾ ਰਿਹਾ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਦੁਪਹਿਰ ਦੇ ਸਮੇਂ ਇੱਕ 6 ਲਾਈਨਾਂ ਦੀ ਪ੍ਰੈਸ ਰਿਲੀਜ਼ ਜਿਹੜੀ ਸੀ ਉਹ ਕਰਤੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਥਾਨਕ ਸਰਕਾਰਾਂ ਦਾ ਮੈਂ ਮੰਤਰੀ ਹਾਂ, ਇਹਦੇ ਬਾਵਜੂਦ ਨਗਰ ਨਿਗਮ ਪਟਿਆਲਾ, ਜਲੰਧਰ ਤੇ ਅੰਮ੍ਰਿਤਸਰ ਦੇ ਮੇਅਰਾਂ ਦੀ ਜਿਹੜੀ ਚੋਣ ਆ ਇਹਦੇ ਬਾਰੇ 1 ਮਹੀਨੇ ਤੋਂ ਸਰਕਾਰੀ ਪੱਧਰ ਦੇ ਉੱਤੇ ਹੋਇਆ ਜਿਹੜਾ ਵਿਚਾਰ ਵਟਾਂਦਰਾ ਸੀਗਾ, ਮੈਨੂੰ ਇਹਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ, ਨਾ ਪਾਰਟੀ ਨੇ ਮੇਰੇ ਕੋਲੋਂ ਪਾਰਟੀ ਪੱਧਰ ਦੇ ਉੱਤੇ ਕੋਈ ਰਾਏ ਜਿਹੜੀ ਆ ਜੀ ਉਹ ਲਈ ਗਈ। ਉਹਨਾਂ ਨੂੰ ਕਰੇਜਿਆ ਗਿਆ ਜੀ ਕਾਫੀ ਕਿ ਤੁਸੀਂ ਜਿਹੜੀ ਸ਼ਾਮੀ ਮੰਤਰੀ ਮੰਡਲ ਦੀ ਮੀਟਿੰਗ ਹੋਣੀ ਉਹਦੇ ਵਿੱਚ ਸ਼ਾਮਲ ਹੋਣਾ ਕਿ ਨਹੀਂ, ਉਹ ਕਹਿੰਦੇ ਸਮਾਂ ਦੱਸੂਗਾ। ਸਮਾਂ ਆ ਗਿਆ, ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰੀ ਸ਼ਾਮਲ ਹੋਏ, ਚੁੱਪ ਰਹੇ। ਇਹ ਕਿਹਾ ਜੀ ਕਿ ਉਹਨਾਂ ਦੀ ਨਾਰਾਜ਼ਗੀ ਜਿਹੜੀ ਆ ਜੀ ਅਜੇ ਬਰਕਰਾਰ ਹੈ। ਇਹ ਵੀ ਕਿਹਾ ਕਿ ਮੈਂ ਆਪਣੇ ਸਟੈਂਡ ਦੇ ਉੱਤੇ ਕਾਇਮ ਹਾਂ। ਦੂਜੇ ਪਾਸੇ ਬੇਸ਼ੱਕ ਜਿਹੜਾ ਜੀ ਤੁਰੰਤ ਇਹਦੇ ਵਿੱਚ ਹਾਈਕਮਾਂਡ ਨੇ ਦਖਲ ਦਿੱਤਾ, ਪੰਜਾਬ ਮਾਮਲਿਆਂ ਦੇ ਇੰਚਾਰਜ ਆਸ਼ਾ ਕੁਮਾਰੀ ਜਿਹੜੇ ਸੀ ਉਹ ਚੰਡੀਗੜ੍ਹ ਪਹੁੰਚੇ, ਸ਼ਾਇਦ ਉਹਨਾਂ ਦੀ ਵਜ੍ਹਾ ਕਰਕੇ ਜਿਹੜਾ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋ ਗਏ। ਕਾਂਗਰਸ ਨੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਵਿਵਾਦ ਸੀ ਉਹ ਠੱਲ ਲਿਆ ਗਿਆ। ਇਹਦਾ ਦੂਜਾ ਪੱਖ ਇਹ ਸੀਗਾ ਜੀ ਕਿ ਜਿਹੜੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਸਮਰਥਕ ਨੇ ਕੌਂਸਲਰ ਅੰਮ੍ਰਿਤਸਰ ਦੇ ਚੁਣੇ ਗਏ, ਉਹਨਾਂ ਨੂੰ 17 ਦੇ ਵਿੱਚੋਂ 15 ਕੌਂਸਲਰ ਜਿਹੜੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਸਮਰਥਕ ਨੇ ਉਹਨਾਂ ਨੂੰ ਜਿਹੜਾ ਜੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਡਿਸਟ੍ਰਿਕਟ ਪ੍ਰੈਜ਼ੀਡੈਂਟ ਦੇ ਵੱਲੋਂ। ਇਹ ਕਿਹਾ ਗਿਆ ਜੀ ਕਿ ਇਹ ਜਿਹੜੇ ਕੌਂਸਲਰ ਨੇ ਇਹ ਸਹੁੰ ਚੁੱਕ ਸਮਾਗਮ ਦੇ ਵਿੱਚ ਕਿਉਂ ਨਹੀਂ ਆਏ, ਉਹਨਾਂ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਜਿਹੜੀ ਆ ਜੀ ਉਹ ਕਿਉਂ ਨਾ ਕੀਤੀ ਜਾਵੇ। ਨੋਟਿਸ ਦੇ ਵਿੱਚ ਇਹ ਕਿਹਾ ਗਿਆ ਕਿ ਉਹਨਾਂ ਦੀ ਗੈਰ ਹਾਜ਼ਰੀ ਦੇ ਨਾਲ ਪਾਰਟੀ ਦੀ ਸ਼ਾਖ ਨੂੰ ਜਿਹੜੀ ਆ ਜੀ ਉਹ ਢਾਹ ਲੱਗੀ ਆ, ਜਦੋਂ ਕਿ ਇਹਨਾਂ ਦੇ ਵਿੱਚੋਂ ਜਿਹੜੇ ਕੌਂਸਲਰ ਨੇ ਕੁਝ ਉਹ ਇਹ ਕਹਿੰਦੇ ਨੇ ਕਿ ਉਹਨਾਂ ਦੇ ਜਿਹੜੇ ਆਗੂ ਨੇ ਨਵਜੋਤ ਸਿੰਘ ਸਿੱਧੂ ਹੋਰੀ ਜੇ ਉਹਨਾਂ ਨੂੰ ਇਗਨੋਰ ਕੀਤਾ ਜਾ ਰਿਹਾ ਤਾਂ ਉਨੀ ਦੇਰ ਉਹ ਸਹੁੰ ਜਿਹੜੀ ਆ ਉਹ ਨਹੀਂ ਚੁੱਕਣਗੇ। ਭਾਵ ਕਿ ਇਹ ਜਿਹੜਾ ਵਿਵਾਦ ਸੀਗਾ ਜੀ ਖਤਮ ਨਹੀਂ ਹੋਇਆ ਬਲਕਿ ਇੱਕ ਨਵੇਂ ਰੂਪ ਦੇ ਵਿੱਚ ਸਾਹਮਣੇ ਆ ਗਿਆ। ਬਿਲਕੁਲ ਜੀ, ਜਿਹੜੀ ਅਸਲ ਨਾਰਾਜ਼ਗੀ ਸੀ ਉਹ ਉਹਨਾਂ ਨੇ ਦੱਸ ਦਿੱਤੀ ਆ। ਅਤੇ ਅੱਗੇ ਆਪਾਂ ਗੱਲ ਕਰਦੇ ਜਿਹੜੇ ਦਿੱਲੀ ਦੇ ਵਿਧਾਇਕ ਸੀਗੇ ਉਹਨਾਂ ਨੂੰ ਫੌਰੀ ਰਾਹਤ ਨਹੀਂ ਮਿਲੀ ਅਜੇ? ਬਿਲਕੁਲ, ਜਿਹੜੇ ਇਹ ਵਕੀਲ ਪੇਸ਼ ਹੋਏ ਜੀ ਉਹਨਾਂ ਨੇ ਇਹ ਗੱਲ ਕਹੀ ਕਿ ਜੇ ਅਦਾਲਤ ਕੇਂਦਰ ਦੇ ਨੋਟੀਫਿਕੇਸ਼ਨ ਦੇ ਉੱਤੇ ਰੋਕ ਨਹੀਂ ਲਾ ਸਕਦੀ ਤਾਂ ਉਹਨੂੰ ਘੱਟੋ ਘੱਟ ਚੋਣ ਕਮਿਸ਼ਨ ਨੂੰ ਜ਼ਿਮਨੀ ਚੋਣਾਂ ਕਰਾਉਣ ਤੋਂ ਰੋਕਣ ਦੀ ਹਦਾਇਤ ਜਿਹੜੀ ਆ ਜੀ ਉਹ ਕਰਨੀ ਚਾਹੀਦੀ ਆ। ਔਰ ਜਦੋਂ ਤੱਕ ਅਖੀਰਲਾ ਫੈਸਲਾ ਨਹੀਂ ਆ ਜਾਂਦਾ ਉਦੋਂ ਤੱਕ ਜਿਹੜੇ ਇਹ ਡਿਸਕੁਆਲੀਫਾਈ ਕੀਤੇ ਗਏ MLAs ਨੇ ਉਹਨਾਂ ਨੂੰ MLAs ਵਜੋਂ ਕੰਮ ਕਰਨ ਦਿੱਤਾ ਜਾਵੇ। ਇਹਦੇ ਉੱਤੇ ਫੌਰੀ ਰਾਹਤ ਤਾਂ ਜਿਹੜੀ ਆ ਜੀ ਹਾਈ ਕੋਰਟ ਨੇ ਨਹੀਂ ਦਿੱਤੀ। 20 ਵਿਧਾਇਕ ਜਿਹੜੇ ਡਿਸਕੁਆਲੀਫਾਈ ਕੀਤੇ ਗਏ ਸੀਗੇ
ਉਹਨਾਂ ਸੰਬੰਧੀ ਦਿੱਲੀ ਹਾਈ ਕੋਰਟ ਨੇ ਕੇਂਦਰ ਦੀ ਸਰਕਾਰ ਨੂੰ ਇਲੈਕਸ਼ਨ ਕਮਿਸ਼ਨ ਨੂੰ ਜਿਹੜਾ ਜੀ ਉਹ ਨੋਟਿਸ ਜਾਰੀ ਕਰ ਦਿੱਤਾ। ਹਾਈ ਕੋਰਟ ਨੇ ਇਲੈਕਸ਼ਨ ਕਮਿਸ਼ਨ ਨੂੰ ਇਹ ਗੱਲ ਕਹੀ ਆ ਕਿ ਜ਼ਿਮਨੀ ਚੋਣ ਜਿਹੜੀ ਬਾਏ ਇਲੈਕਸ਼ਨ ਹੋਣੀ ਆ ਇਹਦੇ ਵਾਸਤੇ ਹੋਰ ਸਟੈਪ ਜਿਹੜੇ ਨੇ ਅਜੇ 29 ਜਨਵਰੀ ਤੱਕ ਨਾ ਚੁੱਕੇ ਜਾਣ ਜੀ। ਜਿਹੜੇ ਜਸਟਿਸ ਵਿਭੂ ਭਾਕਰੂ ਸੀਗੇ ਜੀ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਪਟੀਸ਼ਨ ਦੇ ਉੱਤੇ ਚੋਣ ਕਮਿਸ਼ਨ ਤੇ ਸੈਂਟਰ ਦੀ ਸਰਕਾਰ ਤੋਂ ਜਵਾਬ ਮੰਗਿਆ। ਹਾਈ ਕੋਰਟ ਨੇ ਇਹਦੇ ਸੰਬੰਧੀ ਸਾਰਾ ਰਿਕਾਰਡ ਵੀ ਜਿਹੜਾ ਜੀ ਉਹ ਤਲਬ ਕਰ ਲਿਆ। ਅਦਾਲਤ ਨੇ ਕਿਹਾ ਕਿ ਇਸ ਮਾਮਲੇ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ ਜਿਹਦੇ ਕਰਕੇ ਕੇਸ ਦੀ 29 ਜਨਵਰੀ ਤੋਂ ਰੋਜ਼ ਸੁਣਵਾਈ ਹੋਊਗੀ। ਔਰ ਅਦਾਲਤ ਨੇ ਇਹ ਵੀ ਕਿਹਾ ਕਿ ਚੋਣ ਕਮਿਸ਼ਨ ਅਗਲਾ ਕੋਈ ਸਟੈਪ ਜਿਹੜਾ ਜੀ ਉਹ ਨਾ ਲਵੇ, ਭਾਵ ਕਿ ਨੋਟੀਫਿਕੇਸ਼ਨ ਜਿਹੜੀ ਉਹ ਜਾਰੀ ਨਾ ਕਰੇ। ਇਹ ਵੀ ਕਿਹਾ ਗਿਆ ਜੀ ਕਿ ਇਹ ਜਿਹੜੇ ਨਿਰਦੇਸ਼ ਦਿੱਤੇ ਗਏ ਆ ਇਹ ਲੋੜ ਦੇ ਅਨੁਸਾਰ ਅੱਗੇ ਜਿਹੜਾ ਜੀ ਉਹ ਹੋਰ ਵੀ ਵਧਾਏ ਜਾ ਸਕਦੇ ਆ। ਮਤਲਬ ਕਿ ਜਿਹੜੀ ਹੁਣ 29 ਤਰੀਕ ਨੂੰ ਜਿਹੜੀ ਸੁਣਵਾਈ ਹੋਊਗੀ ਉਸ ਤੋਂ ਬਾਅਦ ਜਿਹੜਾ ਕਾਗਜ਼ ਪੱਤਰ ਦੇਖੂਗੀ ਇਹ ਅੱਗੋਂ ਜਿਹੜੇ MLA ਨੂੰ ਜਿਹੜਾ ਜੀ ਡਿਸਕੁਆਲੀਫਾਈ ਜਿਹੜੇ ਹੋਏ ਨੇ ਉਹਨਾਂ ਨੂੰ ਕੰਮ ਕਰਦੇ ਰਹਿਣ ਦੀ ਜਿਹੜੀ ਮੰਗ ਕੀਤੀ ਗਈ ਹੈ ਉਹਦੇ ਉੱਤੇ ਵੀ ਵਿਚਾਰ ਜਿਹੜਾ ਜੀ ਉਹ ਹੋ ਸਕਦਾ ਹੈ। ਚੋਣ ਕਮਿਸ਼ਨ ਦੇ ਹੁਕਮਾਂ ਨੂੰ ਅਜੇ ਤੱਕ ਜਿਹੜੀ ਹੈ ਜੀ ਉਹ ਚੁਣੌਤੀ ਨਹੀਂ ਦਿੱਤੀ ਗਈ। ਇਹ ਕਿਹਾ ਗਿਆ ਜੀ ਕਿ ਸੂਬੇ ਨੂੰ ਧਿਰ ਨਹੀਂ ਬਣਾਉਣਾ ਚਾਹੀਦਾ। ਜਿਹੜਾ ਡਿਵੀਜ਼ਨ ਬੈਂਚ ਆ ਉਹਦੇ ਵੱਲੋਂ ਸੁਣੇ ਜਾਣ ਦੀ ਮੰਗ ਵੀ ਜਿਹੜੀ ਆ ਉਹ ਕੀਤੀ ਗਈ ਆ। ਜਿਹੜਾ ਇਹ ਵੀ ਕਿਹਾ ਗਿਆ ਜੀ ਕਿ ਅਦਾਲਤ ਦੇ ਵਿੱਚ ਆਮ ਆਦਮੀ ਪਾਰਟੀ ਦੇ 8 ਵਿਧਾਇਕ ਜਿਹੜੇ ਜੀ ਉਹ ਹਾਜ਼ਰ ਸੀਗੇ, ਉਹਨਾਂ ਦੇ ਵਕੀਲ ਤੇ ਪਾਰਟੀ ਦੇ ਕੁਛ ਸੀਨੀਅਰ ਆਗੂ ਵੀ ਅਦਾਲਤ ਦੇ ਵਿੱਚ ਮੌਜੂਦ ਸੀਗੇ। ਸੋ 29 ਤਰੀਕ ਤੱਕ ਜਿਹੜੀ ਹੈ ਜੀ ਇੰਨੀ ਕੁ ਰਾਹਤ ਜਿਹੜੀ ਹੋ ਗਈ ਆ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਜੀ ਇਹਦੇ ਉੱਤੇ ਜਿਵੇਂ ਐਤਵਾਰ ਨੂੰ ਰਾਸ਼ਟਰਪਤੀ ਹੋਰਾਂ ਨੇ ਸਾਈਨ ਕਰਕੇ ਤੁਰੰਤ ਇਹਦੇ ਉੱਤੇ ਜਿਹੜਾ ਜੀ ਤਾਂ ਕਿ ਹਾਈ ਕੋਰਟ ਸੁਣਵਾਈ ਨਾ ਕਰਦੇ ਉਹ ਨਾਲ ਦੀ ਨਾਲ ਡਿਸਕੁਆਲੀਫਾਈ ਕਰਤਾ ਸੀਗਾ, ਉਹਦੇ ਤੋਂ ਚੋਣ ਕਮਿਸ਼ਨ ਜਿਹੜਾ ਜੀ ਉਹ ਰੁਕਿਆ ਰਹੂਗਾ। ਕਿਉਂਕਿ ਸੰਭਾਵੀ ਰੂਪ ਦੇ ਵਿੱਚ ਸਮਝਿਆ ਜਾ ਰਿਹਾ ਸੀਗਾ ਕਿ ਇਦੋਂ ਪਹਿਲਾਂ ਜਿਹੜੀ ਆਮ ਆਦਮੀ ਪਾਰਟੀ ਆ ਉਹ ਅਦਾਲਤ ਦਾ ਸਹਾਰਾ ਲਵੇ, ਉਹ ਇਹਦੇ ਸੰਬੰਧੀ ਨੋਟੀਫਿਕੇਸ਼ਨ ਤੱਕ ਜਾਰੀ ਕਰਨ ਦੇ ਵਾਸਤੇ ਤਿਆਰ ਸੀਗਾ ਜੀ ਕਿ ਜਿੰਨੀ ਛੇਤੀ ਹੋ ਸਕਦਾ ਇੱਥੇ ਬਾਏ ਇਲੈਕਸ਼ਨ ਜਿਹੜੀ ਆ ਉਹ ਕਰਵਾਈ ਜਾਵੇ। ਇਹ ਹਾਲ ਦੀ ਘੜੀ ਪ੍ਰਕਿਰਿਆ ਕੁਛ ਦਿਨਾਂ ਲਈ ਕਹੋ ਦੀ ਰੁਕ ਗਈ ਹੈ, ਪਰ 29 ਤਰੀਕ ਤੋਂ ਇਹਦੇ ਉੱਤੇ ਰੋਜ਼ਾਨਾ ਸੁਣਵਾਈ ਹੋਊਗੀ। ਬਿਲਕੁਲ ਜੀ, ਚੱਲਦਾ ਪਤਾ ਨਹੀਂ ਕੀ ਆ ਚੋਣ ਕਮਿਸ਼ਨ ਨੂੰ ਚਾਹੀਦਾ ਕੀ ਹੈਗਾ। ਤਾਂ ਅੱਗੇ ਆਪਾਂ ਗਰੀਬ ਕੁੜੀਆਂ ਦੇ ਜੇ ਗੱਲ ਕਰੀਏ ਕਿ ਇਹਨਾਂ ਨੂੰ ਸ਼ਗਨ ਦਿੱਤੇ ਜਾਂਦੇ ਹੁੰਦੇ ਸੀਗੇ ਤੇ ਪਰ ਉਹਨਾਂ ਦੇ ਵਿਆਹ ਵੀ ਹੋ ਗਿਆ, ਬੱਚੇ ਵੀ ਹੋ ਗਏ, ਪਰ ਸ਼ਗਨ ਸਕੀਮ ਹਜੇ ਬੰਦ ਪਈ ਹੈ। ਬਿਲਕੁਲ ਜੀ, ਇਹ ਤਕਰੀਬਨ 60,000 ਕੁੜੀਆਂ ਨੇ ਜੀ ਜਿਨ੍ਹਾਂ ਨੂੰ ਸਰਕਾਰੀ ਸ਼ਗਨ ਨਹੀਂ ਮਿਲਿਆ ਜੀ, ਕਿਉਂਕਿ ਸਰਕਾਰਾਂ ਨੇ ਇਹ ਜਿਹੜੀ ਸਕੀਮ ਚਲਾਈ ਸੀਗੀ ਕਿ ਗਰੀਬ ਕੁੜੀ ਦੇ ਵਿਆਹ ਦੇ ਮੌਕੇ ਦੇ ਉੱਤੇ ਸ਼ਗਨ ਜਿਹੜਾ ਜੀ ਉਹ ਦਿੱਤਾ ਜਾਊਗਾ। ਹੁਣ ਇਹ ਜਿਹੜੀਆਂ ਲੜਕੀਆਂ ਨੇ, ਇਹ 60,000 ਦੇ ਕਰੀਬ ਜਿਹੜੀਆਂ ਲੜਕੀਆਂ ਨੇ ਜਿਨ੍ਹਾਂ ਨੂੰ ਸ਼ਗਨ ਨਹੀਂ ਮਿਲਿਆ, ਇਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਉਹ ਨੇ ਜਿਨ੍ਹਾਂ ਦੇ ਬੱਚੇ ਵੀ ਹੋ ਗਏ ਜੀ, ਕਿਸੇ 3 ਮਹੀਨੇ ਦਾ ਬੱਚਾ, ਕਿਸੇ ਦੇ 5 ਮਹੀਨੇ ਦਾ ਜਿਹੜਾ ਜੀ ਉਹ ਬੱਚਾ, ਪਰ ਉਹਨਾਂ ਨੂੰ ਸ਼ਗਨ ਨਹੀਂ ਮਿਲਿਆ। ਜਿਹੜੇ ਇਹਨਾਂ ਦੇ ਪਿਓ ਨੇ ਜੀ ਉਹਨਾਂ ਨੇ ਇਸ ਸ਼ਗਨ ਸਕੀਮ ਦੀ ਝਾਕ ਦੇ ਵਿੱਚ ਕਰਜ਼ਾ ਲੈ ਲਿਆ ਜੀ, ਜਿਹੜਾ ਕਿ ਕੁੜੀ ਦਾ ਵਿਆਹ ਕਰਤਾ ਜਾਵੇ ਔਰ ਇਹ ਜਿਹੜਾ ਪੈਸਾ ਮਿਲੂਗਾ ਫਿਰ ਉਹ ਦੇ ਕੇ ਉਹਦਾ ਕਰਜ਼ਾ ਜਿਹੜਾ ਜੀ ਉਹ ਲਾ ਲਿਆ ਜਾਊਗਾ। ਇਹ ਗਰੀਬ ਪਰਿਵਾਰ ਨੇ ਜੀ ਮੈਕਸੀਮਮ, ਪਰ ਉਹ ਸ਼ਗਨ ਸਕੀਮ ਜਿਹੜੀ ਜੀ ਉਹ ਮਿਲੀ ਨਹੀਂ। ਇਹ ਜਿਹੜੀ ਸ਼ਗਨ ਸਕੀਮ ਹੈ ਅਕਾਲੀ ਭਾਜਪਾ ਗੱਠਜੋੜ ਦੇ ਸਰਕਾਰ ਦੇ ਸਮੇਂ ਇਹਦਾ ਨਾਮ ਸ਼ਗਨ ਸਕੀਮ ਸੀਗਾ, ਜਦੋਂ ਕਾਂਗਰਸ ਦੀ ਹਕੂਮਤ ਆਈ ਤਾਂ ਇਹਨਾਂ ਨੇ ਬਦਲ ਕੇ ਨਾਮ ਇਹਦਾ ਕਰਤਾ ਜੀ ਆਸ਼ੀਰਵਾਦ ਸਕੀਮ। ਕੈਪਟਨ ਸਰਕਾਰ ਨੇ 1 ਜੁਲਾਈ 2017 ਤੋਂ ਆਸ਼ੀਰਵਾਦ ਸਕੀਮ ਦੀ ਜਿਹੜੀ ਰਕਮ ਸੀ 15,000 ਤੋਂ ਵਧਾ ਕੇ 21,000 ਕਰਤੀ ਜੀ, ਕਾਗਜ਼ਾਂ 'ਚ ਹੋ ਗਈ। ਆਸ਼ੀਰਵਾਦ ਸਕੀਮ ਦਾ ਮਹੂਰਤ ਤੱਕ ਨਹੀਂ ਹੋ ਸਕਿਆ, ਭਾਵ ਕਿ ਮਿਲੀ ਨਹੀਂ ਕਿਸੇ ਨੂੰ ਵੀ। ਦਸੰਬਰ 2016 ਤੋਂ 31 ਮਾਰਚ 2017 ਤੱਕ ਸ਼ਗਨ ਸਕੀਮ ਦੇ 25,000 ਕੇਸ ਪੈਂਡਿੰਗ ਪਏ ਆ, ਜਦੋਂ ਕਿ ਕੈਪਟਨ ਸਰਕਾਰ ਦੇ ਆਸ਼ੀਰਵਾਦ ਸਕੀਮ ਦੇ 1 ਅਪ੍ਰੈਲ 2017 ਤੋਂ 31 ਦਸੰਬਰ 2017 ਤੱਕ ਤਕਰੀਬਨ 35,000 ਕੇਸ ਜਿਹੜੇ ਆ ਜੀ ਉਹ ਪੈਂਡਿੰਗ ਪਏ ਆ। ਸਾਰੇ ਬਕਾਏ ਕਲੀਅਰ ਕਰਨ ਦੇ ਵਾਸਤੇ ਤਕਰੀਬਨ 105 ਕਰੋੜ ਰੁਪਈਏ ਦੀ ਜਿਹੜੀ ਆ ਜੀ ਉਹ ਲੋੜ ਹੈ। 1 ਜੁਲਾਈ 2017 ਤੋਂ ਇਸ ਸਕੀਮ ਦੀ ਜਿਹੜੀ ਰਕਮ ਵਧਾ ਕੇ 21,000 ਕਰਨ ਦੇ ਪਿੱਛੋਂ ਦਸੰਬਰ ਮਹੀਨੇ ਤੱਕ 23,000 ਕੇਸ ਜਿਹੜੇ ਆ ਜੀ ਉਹ ਆ ਚੁੱਕੇ ਆ। ਜਿਹੜੇ ਗਰੀਬ ਮਾਪੇ ਨੇ ਉਹਨਾਂ ਨੂੰ ਡਰ ਇਹ ਵੀ ਹੈ ਜੀ ਕਿ ਜਿਹੜੀ ਨਵੀਂ ਹਕੂਮਤ ਹੈ ਉਹ ਪੁਰਾਣੀ ਸਰਕਾਰ ਦੇ ਪੈਂਡਿੰਗ ਕੇਸਾਂ ਦੇ ਉੱਤੇ ਕਿਤੇ ਪੋਚਾ ਹੀ ਨਾ ਜਿਹੜਾ ਜੀ ਉਹ ਮਾਰ ਦੇਵੇ, ਕਿ ਭਾਵ 21,000 ਲੈਂਦੇ ਲੈਂਦੇ ਉਹ 15,000 ਤੋਂ ਵੀ ਜਾਣ ਜੀ। ਜੀ ਜੀ ਜੀ, ਕੋਈ ਪਤਾ ਨਹੀਂ ਨਹੀਂ ਕੀ ਕਰਨਾ। ਤਾਂ ਆਪਾਂ ਅੱਗੇ ਚਰਨਜੀਤ ਚੱਡੇ ਦੀ ਜੇ ਗੱਲ ਕਰੀਏ ਕਿ ਉਸ ਨੂੰ ਜਿਹੜਾ ਆ ਕੁਛ ਕੁ ਰਿਆਇਤਾਂ ਦੇ ਕੇ ਮਾਫ਼ ਕਰਨ ਵਾਲੀ ਗੱਲ ਹੋ ਗਈ ਆ, ਅਤੇ ਉਸ ਦੇ ਖਿਲਾਫ਼ ਕੁਛ ਕੁ ਬੁੱਧੀਜੀਵੀਆਂ ਨੇ ਜਥੇਦਾਰ ਦੇ ਉੱਤੇ ਸਵਾਲ ਉਠਾਏ ਆ ਕਿ ਇੰਨੀ ਨਰਮੀ ਕਿਉਂ ਵਰਤੀ ਗਈ ਆ। ਬਿਲਕੁਲ, ਇਹ ਫੈਸਲਾ ਜਿਹੜਾ ਜਿਹੜੇ ਤਰੀਕੇ ਦੇ ਨਾਲ ਇੱਕ ਤਾਂ ਸੁਣਾਇਆ ਗਿਆ, ਜਿਹੋ ਜਿਹਾ ਫੈਸਲਾ ਸੁਣਾਇਆ ਗਿਆ, ਇਹ ਇੱਕ ਵਾਰੀ ਫੇਰ ਜਿਹੜਾ ਜੀ ਉਹ ਚਰਚਾ ਦਾ ਵਿਸ਼ਾ ਤਾਂ ਬਣਿਆ ਹੋਇਆ ਜੀ ਜਾਂ ਬਣ ਗਿਆ। ਚਰਨਜੀਤ ਚੱਡਾ ਜਿਹਦੇ ਉੱਤੇ 2 ਸਾਲ ਦੇ ਵਾਸਤੇ
ਕਿਸੇ ਵੀ ਸਿੱਖ ਸੰਸਥਾ ਦੇ ਵਿੱਚ ਕੰਮ ਕਰਨ ਦੇ ਉੱਤੇ ਰੋਕ ਜਿਹੜੀ ਆ ਜੀ ਉਹ ਲਾਈ ਗਈ ਆ। ਔਰ ਜਥੇਦਾਰ ਹੋਰਾਂ ਨੇ ਇਹ ਕਿਹਾ ਕਿ 2 ਸਾਲ ਉਹਨੂੰ ਜਿਹੜਾ ਜੀ ਵਾਚ ਕੀਤਾ ਜਾਊਗਾ, ਉਸ ਤੋਂ ਬਾਅਦ ਉਹਦੀਆਂ ਜਿਹੜੀਆਂ ਸਰਗਰਮੀਆਂ ਨੇ ਉਹਦੇ ਬਾਰੇ ਸੋਚਿਆ ਜਾਊਗਾ ਕਿ ਉਹਨਾਂ ਨੇ ਸ਼ੁਰੂ ਕਰਨੀਆਂ ਨੇ ਉਹ ਸਰਗਰਮੀਆਂ ਜਾਂ ਨਹੀਂ। ਸਵਾਲੀਆ ਚਿੰਨ੍ਹ ਜਿਹੜਾ ਜੀ ਇੱਥੇ ਲੱਗ ਰਿਹਾ ਕਿ ਉਹਦੇ ਉੱਤੇ ਇਹ ਜਿਹੜੀ ਦੇਖ ਰੇਖ ਆ ਉਹ ਕੌਣ ਕਰੂਗਾ, ਕਿਹੜੇ ਤਰੀਕੇ ਦੇ ਨਾਲ ਉਹਦੇ ਉੱਤੇ ਨਿਗਾਹ ਜਿਹੜੀ ਆ ਜੀ ਉਹ ਰੱਖਣ ਦੀ ਗੱਲ ਜਥੇਦਾਰ ਹੋਰਾਂ ਨੇ ਕੀਤੀ ਹੈ ਕਿ ਟਾਸਕ ਫੋਰਸ ਕੋਈ ਲਾਈ ਜਾਊਗੀ, ਸੀਸੀਟੀਵੀ ਕੈਮਰੇ ਜਿਹੜੇ ਆ ਉਹ ਲਾਏ ਜਾਣਗੇ ਉਹਦੇ ਨਾਲ ਹੋਊਗਾ, ਜਾਂ ਇਹਦੇ ਵਾਸਤੇ ਕੋਈ ਕਮੇਟੀ ਨਿਯੁਕਤ ਕੀਤੀ ਗਈ ਆ ਜਿਹੜੀ 3 ਮਹੀਨਿਆਂ ਬਾਅਦ 6 ਮਹੀਨਿਆਂ ਬਾਅਦ ਜਾਂ ਸਾਲ ਬਾਅਦ ਕੋਈ ਆਪਣੀ ਰਿਪੋਰਟ ਜਿਹੜੀ ਆ ਜੀ ਉਹ ਪੇਸ਼ ਕਰੂਗੀ, ਇਹਦੇ ਬਾਰੇ ਕੁਛ ਨੀ ਜਿਹੜਾ ਜੀ ਉਹ ਕਿਹਾ ਗਿਆ। ਦੂਜਾ ਜਿਹੜਾ ਸਵਾਲ ਵੱਡਾ ਜਿਹੜਾ ਜੀ ਉਹ ਉੱਠ ਕੇ ਖੜਾ ਹੋ ਰਿਹਾ ਹੈ ਕਿ ਚਰਨਜੀਤ ਸਿੰਘ ਚੱਡਾ ਅਕਾਲ ਤਖ਼ਤ ਸੈਕਟਰੀਏਟ ਵਿਖੇ ਆਏ, ਆ ਕੇ ਚਲੇ ਗਏ, ਉਸ ਤੋਂ ਬਾਅਦ ਜਿਹੜਾ ਜੀ ਉਹ ਫੈਸਲਾ ਸੀਗਾ ਅਕਾਲ ਤਖ਼ਤ ਦੇ ਜਥੇਦਾਰ ਨੇ ਸੁਣਾਇਆ, ਇੱਦਾਂ ਪਹਿਲਾਂ ਕਦੀ ਜਿਹੜਾ ਜੀ ਉਹ ਨਹੀਂ ਹੋਇਆ, ਜਿਹਨੂੰ ਲੈ ਕੇ ਵੱਡਾ ਕਿੰਤੂ ਪਰੰਤੂ ਜਿਹੜਾ ਉਹ ਕੀਤਾ ਜਾ ਰਿਹਾ। ਇਹਦੇ ਵਾਸਤੇ ਜਿਹੜਾ ਪੰਥਕ ਤਾਲਮੇਲ ਸੰਗਠਨ ਹੈ ਉਹਦੇ ਕਨਵੀਨਰ ਗਿਆਨੀ ਕੇਵਲ ਸਿੰਘ ਹੋਰਾਂ ਨੇ ਕਿਹਾ ਕਿ ਰਹਿਤ ਮਰਿਆਦਾ ਦੇ ਮੁਤਾਬਕ ਸਿੱਖ ਆਗੂ ਨੇ ਬੱਜਰ ਗਲਤੀ ਕੀਤੀ ਹੈ, ਇਹਦੇ ਵਾਸਤੇ ਉਹਨੂੰ ਸਾਰੀ ਉਮਰ ਲਈ ਸਿੱਖ ਸੰਸਥਾ ਦੇ ਮੈਂਬਰ ਬਣਨ ਤੇ ਰੋਕ ਲਾਉਣੀ ਚਾਹੀਦੀ ਸੀ, ਔਰ ਕਾਨੂੰਨ ਸਾਰਿਆਂ ਲਈ ਇੱਕ ਬਰਾਬਰ ਹੈ, ਔਰ ਉਹਦੇ ਖਿਲਾਫ਼ ਵੀ ਇਹ ਆਦੇਸ਼ ਅਕਾਲ ਤਖ਼ਤ ਦੀ ਅਕਾਲ ਤਖ਼ਤ ਤੋਂ ਉਹਦੀ ਹਾਜ਼ਰੀ ਦੇ ਵਿੱਚ ਜਿਹੜਾ ਜੀ ਉਹ ਸੁਣਾਇਆ ਜਾਣਾ ਚਾਹੀਦਾ ਸੀ, ਜਿਹੜੀ ਕਿ ਹੁਣ ਤੱਕ ਪ੍ਰਥਾ ਰਹੀ ਹੈ। ਸਿੱਖ ਵਿਦਵਾਨ ਨੇ ਜੀ ਭਾਈ ਅਸ਼ੋਕ ਸਿੰਘ ਬਾਗੜੀਆ ਉਹ ਇਹ ਕਹਿੰਦੇ ਨੇ ਕਿ ਅਦਾਲਤਾਂ ਦੇ ਵਿੱਚ ਵੀ ਦੋਸ਼ੀ ਦੀ ਹਾਜ਼ਰੀ ਦੇ ਵਿੱਚ ਜਿਹੜੀ ਆ ਉਹ ਸਜ਼ਾ ਸੁਣਾਈ ਜਾਂਦੀ ਆ, ਕਾਨੂੰਨ ਸਾਰਿਆਂ ਲਈ ਇੱਕ ਬਰਾਬਰ ਹੈ, ਪਰ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਜਥੇਦਾਰ ਨੇ ਵਿਤਕਰਾ ਕੀਤਾ, ਉਹਨੇ ਜਿਹੜੀ ਮਰਿਆਦਾ ਸੀ ਇੱਕ ਤਾਂ ਜਿਹੜੀ ਆ ਜੀ ਉਹ ਤੋੜੀ ਆ ਕਿ ਅਜਿਹੀ ਗਲਤੀ ਦੇ ਵਾਸਤੇ 2 ਸਾਲ ਦੀ ਗੱਲ ਕੀਤੀ ਆ, ਦੂਸਰਾ ਉਹਦੀ ਗੈਰ ਹਾਜ਼ਰੀ ਦੇ ਵਿੱਚ ਜਿਹੜਾ ਜੀ ਇਹ ਫੈਸਲਾ ਸੁਣਾਉਣਾ, ਉਹਨਾਂ ਕਿਹਾ ਕਿ ਇਹ ਇੱਕ ਬੱਜਰ ਗਲਤੀ ਜਿਹੜੀ ਉਹ ਮੰਨੀ ਜਾ ਸਕਦੀ ਹੈ ਜੀ। ਸੋ ਇਹਦੇ ਉੱਤੇ ਕਿੰਤੂ ਪਰੰਤੂ ਜਿਹੜਾ ਜੀ ਇਹਨਾਂ ਜਿਹੜੇ ਸਿੱਖ ਵਿਦਵਾਨ ਨੇ ਉਹਨਾਂ ਦੇ ਵੱਲੋਂ ਕੀਤਾ ਜਾਣਾ ਕਈ ਸਵਾਲੀਆ ਚਿੰਨ੍ਹ ਤਾਂ ਖੜੇ ਕਰ ਰਿਹਾ ਜੀ। ਜੀ ਬਿਲਕੁਲ, ਸਵਾਲੀਆ ਚਿੰਨ੍ਹ ਤੇ ਲੱਗਣਾ ਵੀ ਚਾਹੀਦਾ ਆ ਵੀ ਇਹ ਕਿਉਂ। ਤੇ ਅੱਗੇ ਆਪਾਂ ਇੱਕ ਨੌਜਵਾਨ ਦੀ ਗੱਲ ਕਰਦੇ ਹਾਂ ਕਿ ਜਿਸ ਨੇ ਖੁਦਕੁਸ਼ੀ ਕਰ ਲਈ ਸੀ, ਖੰਨੇ ਦੇ ਰਹਿਣ ਵਾਲੇ ਨੇ, ਉਹ NI ਦੇ ਗਵਾਹੀ ਦੇਣ ਤੋਂ ਡਰਦਿਆਂ ਉਹਨੇ ਖੁਦਕੁਸ਼ੀ ਕੀਤੀ ਆ, ਤੇ ਉਸਦੇ ਵਿਅਕਤੀ ਦੇ ਜਿਹੜੇ ਪਰਿਵਾਰ ਆ ਉਹਨੇ ਦੋਸ਼ ਬੜੇ ਲਾਏ ਆ ਜੀ। ਇਹ ਰਾਮਪਾਲ ਸੀਗਾ ਜੀ, ਮੋਚੀ ਦਾ ਕੰਮ ਵਿਚਾਰਾ ਕਰਦਾ ਸੀਗਾ ਜੀ, ਔਰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਵੱਲੋਂ ਤੰਗ ਆ ਕੇ ਇਹਨੇ ਨਹਿਰ ਦੇ ਵਿੱਚ ਛਾਲ ਮਾਰ ਕੇ ਜਿਹੜੀ ਆ ਜੀ ਉਹ ਖੁਦਕੁਸ਼ੀ ਕੀਤੀ ਆ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਰਾਮਪਾਲ ਸੀਗਾ ਉਹਦੇ ਉੱਤੇ ਗਵਾਹੀ ਦੇ ਲਈ ਦਬਾਅ ਪਾਇਆ ਜਾ ਰਿਹਾ ਸੀਗਾ, ਉਹਦੇ ਪਰਿਵਾਰ ਦੇ ਮੈਂਬਰ ਜਿਹੜੇ ਆ ਜੀ ਇਹ ਦੋਸ਼ ਲਾ ਰਹੇ ਆ। ਇਹ ਕਿਹਾ ਜਾ ਰਿਹਾ ਕਿ ਰਾਮਪਾਲ ਨੂੰ ਇਸ ਗੱਲ ਦਾ ਡਰ ਸੀਗਾ ਕਿ ਜੇ ਉਹ ਇਹਦੇ ਟੀਮ ਦੇ ਕਹਿਣ ਦੇ ਉੱਤੇ ਗਵਾਹ ਬਣਦਾ ਤਾਂ ਜਿਹੜੇ ਉਹਦੇ ਜਿਨ੍ਹਾਂ ਦੇ ਖਿਲਾਫ਼ ਉਹ ਗਵਾਹੀ ਦੇਊਗਾ ਉਹ ਉਹਦੇ ਦੁਸ਼ਮਣ ਬਣ ਸਕਦੇ ਆ, ਉਹਨਾਂ ਨਾਲ ਜੁੜੀਆਂ ਜਥੇਬੰਦੀਆਂ ਉਹਦਾ ਦੁਸ਼ਮਣ ਬਣ ਸਕਦੀਆਂ, ਤੇ ਜੇ ਉਹ ਗਵਾਹ ਨਹੀਂ ਬਣਦਾ ਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਉਹਦੇ ਪਰਿਵਾਰ ਨੂੰ ਤੰਗ ਕਰੂਗੀ, ਜਿਹਦੇ ਕਰਕੇ ਉਹ ਮਾਨਸਿਕ ਪਰੇਸ਼ਾਨੀ ਦੇ ਵਿੱਚੋਂ ਜਿਹੜਾ ਜੀ ਉਹ ਲੰਘ ਰਿਹਾ ਸੀਗਾ। ਔਰ ਉਹਨੇ ਫੋਨ ਕਰਕੇ ਆਪਣੇ ਘਰੇ ਜਿਹੜਾ ਜੀ ਦੱਸਿਆ ਖੁਦਕੁਸ਼ੀ ਕਰਨ ਤੋਂ ਪਹਿਲਾਂ ਕਿ ਉਹ ਇਸ ਵਜ੍ਹਾ ਕਰਕੇ ਜਿਹੜੀ ਖੁਦਕੁਸ਼ੀ ਕਰ ਰਿਹਾ ਉਹ ਹੋਰ ਜ਼ਿਆਦਾ ਦਿਮਾਗੀ ਪਰੇਸ਼ਾਨੀ ਜਿਹੜੀ ਉਹ ਝੱਲ ਨਹੀਂ ਸਕਦਾ। ਹੁਣ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ 23 ਅਪ੍ਰੈਲ 2016 ਨੂੰ ਜਿਹੜਾ ਦੁਰਗਾ ਗੁਪਤਾ ਹੱਤਿਆਕਾਂਡ ਹੋਇਆ ਸੀਗਾ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਵੱਲੋਂ ਗਵਾਹ ਬਣਾਏ ਗਏ ਮੋਚੀ ਰਾਮਪਾਲ ਨੂੰ ਇੰਨਾ ਡਰਾ ਦਿੱਤਾ ਗਿਆ ਸੀਗਾ ਕਿ ਉਹ ਕੰਮ ਤੇ ਜਾਣ ਤੋਂ ਡਰਨ ਲੱਗ ਗਿਆ ਸੀਗਾ, ਔਰ ਉਹਨੂੰ ਜਿਹੜਾ ਜੀ ਉਹ ਦਿਨ ਜ਼ਿੰਦਗੀ ਦਾ ਬੜਾ ਮਾੜਾ ਲੱਗਦਾ ਸੀਗਾ ਜਦੋਂ ਉਹਦੇ ਸਾਹਮਣੇ ਸ਼ਿਵ ਸੈਨਾ ਆਗੂ ਦੁਰਗਾ ਗੁਪਤਾ ਦਾ ਕਤਲ ਜਿਹੜਾ ਸੀਗਾ ਉਹ ਹੋਇਆ। ਉਹਦਾ ਇਹ ਮੰਨਣਾ ਸੀਗਾ ਕਿ ਉਹਦੇ ਬੁਰੇ ਦਿਨ ਵਿਚਾਰੇ ਦੇ ਇਸ ਪੱਖੋਂ ਸ਼ੁਰੂ ਹੋ ਗਏ ਕਿ ਉਹ ਜਿਹੜਾ ਜੀ ਉੱਥੇ ਉਸ ਚੌਂਕ ਦੇ ਵਿੱਚ ਮੋਚੀ ਦਾ ਕੰਮ ਕਰਦਾ ਸੀਗਾ। ਜਿਹੜੇ ਰਾਮਪਾਲ ਦੇ ਨੇੜ ਵਾਲੇ ਨੇ, ਜਾਣਕਾਰ ਵਾਲੇ ਨੇ, ਉਹ ਵੀ ਇਹ ਕਹਿੰਦੇ ਨੇ ਕਿ ਰਾਮਪਾਲ ਡਰ ਦੇ ਮਾਰੇ ਲਲਹੇੜੀ ਰੋਡ ਚੌਂਕ ਵੱਲ ਪਿੱਠ ਕਰਕੇ ਬੈਠਣ ਲੱਗ ਗਿਆ ਸੀਗਾ ਜੀ, ਜਦੋਂ ਕਿ ਪਹਿਲਾਂ ਉਹਦਾ ਜਿਹੜਾ ਚਿਹਰਾ ਚੌਂਕ ਵੱਲ ਨੂੰ ਹੁੰਦਾ ਸੀਗਾ ਉਹਦੇ ਮਨ ਦੇ ਵਿੱਚ ਇਹ ਜਿਹੜੀ ਦੀ ਗੱਲ ਡਰ ਕਰ ਗਈ ਵੀ ਜੇ ਉਸ ਪਾਸੇ ਵੱਲ ਮੂੰਹ ਕਰੂਗਾ ਤੇ ਕੋਈ ਹੋਰ ਵਾਰਦਾਤ ਹੋ ਜੂਗੀ ਤੇ ਕੋਈ ਹੋਰ ਏਜੰਸੀ ਜਿਹੜੀ ਆ ਜੀ ਉਹਨੂੰ ਗਵਾਹੀ ਦੇ ਵਾਸਤੇ ਤੰਗ ਪਰੇਸ਼ਾਨ ਜਿਹੜੀ ਆ ਉਹ ਕਰੂਗੀ। ਇਹਨੇ ਕੁਛ ਸਵਾਲ ਜਿਹੜੇ ਆ ਜੀ ਇਸ ਗੱਲ ਦੇ ਉੱਤੇ ਵੀ ਖੜੇ ਕਰਤੇ ਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਜੀ ਉਹ ਡਰਾ ਧਮਕਾ ਕੇ ਗਵਾਹੀਆਂ ਜਿਹੜੀਆਂ ਉਹ ਤਿਆਰ ਕੀਤੀਆਂ ਜਾ ਰਹੀਆਂ ਨੇ, ਜਦੋਂ ਕਿ ਜਿਹੜੇ ਪੁਲਿਸ ਵਾਲੇ ਨੇ ਜੀ ਉਹ ਇਹ ਕਹਿੰਦੇ ਨੇ ਕਿ ਇਸ ਤਰ੍ਹਾਂ ਦੀ ਕੋਈ ਗੱਲ ਹੀ ਨਹੀਂ ਸੀ, ਉਹਨੂੰ ਤਾਂ ਸੱਦਿਆ ਹੀ ਨਹੀਂ ਸੀ ਗਿਆ, ਉਹਨੂੰ ਤਾਂ ਇੱਕੋ ਵਾਰੀ ਸੱਦਿਆ ਗਿਆ ਸੀਗਾ, ਬਾਰ ਬਾਰ ਸੱਦਣ ਵਾਲੀ ਗੱਲ ਜਿਹੜੀ ਆ ਜੀ ਉਹਦੇ ਤੋਂ ਉਹ ਝੁਟਲਾ ਰਹੇ ਨੇ ਇਸ ਗੱਲ ਨੂੰ, ਜਦੋਂ ਕਿ ਰਿਐਲਿਟੀ ਜਿਹੜੀ ਇਹ ਆ ਕਿ ਉਹਨੂੰ ਬਾਰ ਬਾਰ ਪਰੇਸ਼ਾਨ ਕੀਤਾ ਜਾ ਰਿਹਾ ਸੀ, ਜਿਹੜਾ ਦਿਹਾੜੀ ਵਿਚਾਰਾ ਕਮਾ ਕੇ ਆਪਣੇ ਟੱਬਰ ਦਾ
ਢਿੱਡ ਜਿਹੜਾ ਉਹ ਭਰਦਾ ਸੀਗਾ, ਉਹਨੂੰ ਬਾਰ ਬਾਰ ਆਪਣੀ ਜਿਹੜੀ ਫੜੀ ਉਹ ਲਾਉਂਦਾ ਸੀਗਾ ਉਹ ਚੁੱਕਣੀ ਪੈਂਦੀ, ਕਿਉਂਕਿ NIA ਸਾਰੀ ਸਾਰੀ ਦਿਹਾੜੀ ਉਹਦੇ ਤੋਂ ਪੁੱਛਗਿੱਛ ਕਰੀ ਜਾਂਦੀ ਸੀ, ਜਿਹਦੇ ਕਰਕੇ ਉਹ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋ ਗਿਆ ਜੀ। ਇਹ ਦੇਖ ਲਓ ਜੀ ਕਿਸ ਤਰ੍ਹਾਂ ਦੇ ਗਵਾਹ ਪੈਦਾ ਕਰਦੇ ਆ, ਜ਼ੋਰ ਜ਼ਬਰਦਸਤੀ ਇਹ ਗਵਾਹਾਂ ਨੂੰ ਬਣਾਉਂਦੇ ਆ। ਅਤੇ ਅੱਗੇ ਆਪਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਗੱਲ ਕਰੀਏ ਤਾਂ ਉਸ ਦੀ ਭਾਰਤ ਫੇਰੀ ਦੀਆਂ ਤਿਆਰੀਆਂ ਨੇ, ਉਹ ਪੰਜਾਬ ਵੀ ਜਾਣਗੇ, ਪਰ ਵਿੱਚੋਂ ਕਨਸੋਆਂ ਮਿਲ ਰਹੀਆਂ ਕਿ ਉਹ ਮੁੱਖ ਮੰਤਰੀ ਨੂੰ ਸ਼ਾਇਦ ਨਾ ਵੀ ਮਿਲਣ। ਕਦੀ ਇਹ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਹੋਰਾਂ ਦੀ ਪਹਿਲੀ ਫੇਰੀ ਹੋਊਗੀ ਜੀ ਪ੍ਰਾਈਮ ਮਿਨਿਸਟਰ ਵਜੋਂ। ਭਾਰਤ ਤੇ ਕੈਨੇਡਾ ਦੇ ਵਿੱਚ 8 ਸਾਲਾਂ ਦੇ ਵਿੱਚ ਵਪਾਰ ਜਿਹੜਾ ਜੀ ਉਹ ਦੁੱਗਣਾ ਹੋਇਆ। ਭਾਰਤ ਕੈਨੇਡਾ ਨੂੰ ਮਾਲ ਭੇਜਣ ਦੇ ਵਿੱਚ ਸਿਖਰਲੇ 10 ਮੁਲਕਾਂ ਦੇ ਵਿੱਚ ਜਿਹੜਾ ਜੀ ਉਹ ਆਉਂਦਾ ਹੈ। ਔਰ ਕੈਨੇਡੀਅਨ ਸਾਬਕਾ ਪ੍ਰਧਾਨ ਮੰਤਰੀ ਜਿਹੜੇ ਸੀ ਜੀ 2009 ਦੇ ਵਿੱਚ ਤੇ 12 ਦੇ ਵਿੱਚ 2 ਵਾਰੀ ਭਾਰਤ ਜਿਹੜੇ ਜੀ ਉਹ ਆਏ ਸੀ। ਜਸਟਿਨ ਟਰੂਡੋ ਹੋਰਾਂ ਦੀ ਇਹ ਪਹਿਲੀ ਫੇਰੀ ਹੈ ਪ੍ਰਧਾਨ ਮੰਤਰੀ ਵਜੋਂ। ਇਹ ਕਿਹਾ ਜਾ ਰਿਹਾ ਜੀ ਕਿ ਉਹ ਇੱਥੇ ਜਿਹੜਾ ਆਗਰੇ ਵੀ ਜਾਣਗੇ, ਮੁੰਬਈ, ਦਿੱਲੀ ਜਾਣਗੇ, ਅੰਮ੍ਰਿਤਸਰ ਆਉਣਗੇ ਦਰਬਾਰ ਸਾਹਿਬ ਮੱਥਾ ਟੇਕਣ ਦੇ ਵਾਸਤੇ। ਉਹਨਾਂ ਦੇ ਨਾਲ ਉਹਨਾਂ ਦੇ ਵਜ਼ੀਰ ਵੀ ਜਿਹੜੇ ਆ ਜੀ ਉਹ ਹੋਣਗੇ, ਔਰ 4 ਜਿਹੜੇ ਵਜ਼ੀਰ ਨੇ ਭਾਰਤੀ ਮੂਲ ਦੇ ਉਹਨਾਂ ਦੇ ਵੀ ਉਹਨਾਂ ਦੇ ਨਾਲ ਸ਼ਾਮਿਲ ਹੋਣ ਦੀ ਜਿਹੜੀ ਆ ਜੀ ਉਹ ਗੱਲ ਪਤਾ ਲੱਗੀ ਹੈ। ਅੰਮ੍ਰਿਤਸਰ ਦੇ ਵਿੱਚ ਉਹ ਫਲਾਈਟ ਦੇ ਰਾਹੀਂ ਆਉਣਗੇ, ਇੱਥੋਂ ਦਰਬਾਰ ਸਾਹਿਬ ਮੱਥਾ ਟੇਕ ਕੇ ਉਹ ਅੱਗੋਂ ਹੈਦਰਾਬਾਦ ਜਿਹੜਾ ਜੀ ਉਹ ਜਾਣਗੇ, ਜਿੰਨਾ ਪਤਾ ਜਿਹੜਾ ਉਹ ਲੱਗ ਰਿਹਾ। ਸਵਾਲ ਜਿਹੜਾ ਜੀ ਇਹ ਵੱਡਾ ਉੱਠ ਕੇ ਖੜਾ ਹੋ ਰਿਹਾ ਕਿ ਕੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਉਹਨਾਂ ਦੀ ਕੋਈ ਮੀਟਿੰਗ ਜਿਹੜੀ ਆ ਉਹ ਹੋਊਗੀ, ਔਰ ਜਿੰਨੀ ਕੁ ਕਨਸੋਆਂ ਸਾਹਮਣੇ ਆ ਰਹੀਆਂ ਨੇ ਸ਼ਾਇਦ ਨੰਨਾ ਆ ਜੀ ਕਿ ਇਹ ਮੀਟਿੰਗ ਜਿਹੜੀ ਉਹ ਨਹੀਂ ਹੋ। ਇਹ ਕਿਹਾ ਜਾ ਰਿਹਾ ਜੀ ਕਿ ਜਦੋਂ ਜਿਹੜੇ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਹੋਰੀ ਇਹਨਾਂ ਨੇ ਕੈਨੇਡਾ ਦੇ ਜਿਹੜੇ ਡਿਫੈਂਸ ਮਿਨਿਸਟਰ ਨੇ ਹਰਜੀਤ ਸਿੰਘ ਸੱਜਣ ਉਹਨਾਂ ਨੂੰ ਮਿਲਣ ਤੋਂ ਨਾ ਕਰ ਦਿੱਤੀ ਸੀਗੀ, ਸ਼ਾਇਦ ਉਹ ਜਿਹੜੀ ਕੌੜ ਆ ਜੀ ਉਹ ਕਿਤੇ ਨਾ ਕਿਤੇ ਅਜੇ ਵੀ ਕੰਮ ਕਰ ਰਹੀ ਹੈ। ਇਹ ਕਿਹਾ ਗਿਆ ਜੀ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਆਫਿਸ ਜਿਹੜਾ ਉਹਦੇ ਵੱਲੋਂ ਸਕੈਜੂਅਲ ਦੇ ਵਿੱਚ ਕਿਤੇ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਕਿਸੇ ਮੀਟਿੰਗ ਦਾ ਜਿਹੜਾ ਜੀ ਉਹ ਚਰਚਾ ਨਹੀਂ ਹੈ। ਜੇ ਇੱਥੋਂ ਮੁੱਖ ਮੰਤਰੀ ਦੇ ਦਫ਼ਤਰ ਦੀ ਜਿਹੜੀ ਗੱਲ ਕਰੀਏ ਤਾਂ ਉਹ ਕਹਿੰਦੇ ਸਾਡੇ ਕੋਲ ਅਜੇ ਕੋਈ ਜਾਣਕਾਰੀ ਨਹੀਂ ਪਹੁੰਚੀ ਕੇਂਦਰ ਦੀ ਸਰਕਾਰ ਤੋਂ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਇੱਥੇ ਅੰਮ੍ਰਿਤਸਰ ਦੀ ਫੇਰੀ ਦੇ ਉੱਤੇ ਆ ਰਹੇ ਨੇ। ਉਹ ਕਹਿੰਦੇ ਜਦੋਂ ਜਾਣਕਾਰੀ ਪਹੁੰਚੂਗੀ ਤੇ ਉੱਥੇ ਜਿਹੜੇ ਪ੍ਰਬੰਧ ਨੇ ਉਹ ਕਰ ਦਿੱਤੇ ਜਾਣਗੇ। ਕੀ ਕੈਪਟਨ ਅਮਰਿੰਦਰ ਸਿੰਘ ਹੋਰੀ ਉਹਨਾਂ ਨੂੰ ਅੱਗੋਂ ਜਿਹੜਾ ਜੀ ਉਹ ਮਿਲਣ ਦੇ ਵਾਸਤੇ ਜਾਣਗੇ, ਉਹਨਾਂ ਦੇ ਸਵਾਗਤ ਦੇ ਵਾਸਤੇ ਜਾਣਗੇ, ਇਹਦੇ ਉੱਤੇ CM ਆਫਿਸ ਜਿਹੜਾ ਜੀ ਉਹ ਚੁੱਪ ਹੈ। ਚੁੱਪ ਦਾ ਮਤਲਬ ਇਹ ਹੈ ਕਿ ਜਿਹੜਾ ਇਹ ਇਸ਼ਾਰਾ ਹੈ ਉਹ ਕੈਨੇਡੀਅਨ ਪ੍ਰਾਈਮ ਮਿਨਿਸਟਰ ਆਫਿਸ ਦੇ ਵੱਲੋਂ ਦਿੱਤਾ ਗਿਆ ਕਿ ਉਹ ਨਹੀਂ ਮਿਲਣਾ ਚਾਹੁੰਦੇ। ਬਾਕੀ ਅਜੇ ਕਿਉਂਕਿ 17 ਫਰਵਰੀ ਤੋਂ ਇਹ ਫੇਰੀ ਸ਼ੁਰੂ ਹੋਣੀ ਆ, ਉਹਦੇ ਨੇੜੇ ਤੇੜੇ ਜਾਂ ਉਸ ਤੋਂ ਪਹਿਲਾਂ ਜਿਹੜਾ ਜੀ ਇਹ ਪਤਾ ਲੱਗੂਗਾ ਕਿ ਕੀ ਇਸ ਮਾਮਲੇ ਦੇ ਉੱਤੇ ਕੋਈ ਸਟੈਪ ਜਿਹੜਾ ਜੀ ਲਿਆ ਜਾਂਦਾ ਜਿਹੜਾ ਚੀਫ ਮਿਨਿਸਟਰ ਆਫਿਸ ਹੈ ਉਹਦੇ ਵੱਲੋਂ ਖਾਸ ਤੌਰ ਦੇ ਉੱਤੇ ਕਿ ਉਹ ਮਿਲਣ ਦੇ ਵਾਸਤੇ ਕੋਈ ਜਿਹੜੀ ਹੈ ਜੀ ਉਹ ਲਾ ਸਕਦੇ ਨੇ ਰਿਕੁਐਸਟ ਜਾਂ ਨਹੀਂ। ਪਰ ਇਹ ਤਕਰੀਬਨ ਚਰਚਾ ਚੱਲ ਰਹੀ ਹੈ ਕਿ ਸ਼ਾਇਦ ਇਹ ਮੀਟਿੰਗ ਜਿਹੜੀ ਉਹ ਨਹੀਂ ਹੋ ਸਕੇਗੀ। ਜਦੋਂ ਹਰਜੀਤ ਸਿੰਘ ਸੱਜਣ ਹੋਰੀ ਆਏ ਸਨ ਤਾਂ ਉਹਨਾਂ ਦੀ ਮੁਲਾਕਾਤ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹੋਰਾਂ ਤੱਕ ਜਿਹੜੀ ਜੀ ਉਹ ਹੋ ਗਈ ਸੀਗੀ, ਪਰ ਪੰਜਾਬ ਦੇ ਮੁੱਖ ਮੰਤਰੀ ਹੋਰਾਂ ਨੇ ਮਿਲਣ ਤੋਂ ਨਾ ਕਰ ਦਿੱਤੀ ਸੀਗੀ। ਤੇ ਕਹਾਣੀ ਜਿਹੜੀ ਹੈ ਜੀ ਉੱਥੇ ਹੀ ਖੜੀ ਹੈ। ਜੀ ਜੀ ਬਿਲਕੁਲ, ਦੇਖੋ ਇਹ ਗੱਲਾਂ ਮਿਟਦੀਆਂ ਤਾਂ ਹੈ ਨਹੀਂ ਗੀਆਂ, ਪਰ ਹਜੇ ਟਾਈਮ ਰਹਿੰਦਾ, ਅਜੇ ਦੇਖੋ ਜੀ ਕਿੰਨਾ ਕੁ ਕੁਛ ਹੁੰਦਾ ਆ। ਤੇ ਅਬਲਦਾ ਜੀ ਇੱਕ ਵਾਰੀ ਜਾਂਦੇ ਜਾਂਦੇ ਉਹ ਗੱਲ ਕਰ ਜਾਈਏ, ਜਿਹੜੇ ਆਧਾਰ ਕਾਰਡ ਦਾ ਕੋਈ ਫੈਸਲਾ ਹੋਇਆ? ਨਹੀਂ ਜੀ, ਇਹ ਮਾਮਲਾ ਹੁਣ ਜਿਹੜਾ ਸੁਣਵਾਈ ਸ਼ੁਰੂ ਹੋਊਗੀ ਜੀ 26 ਜਨਵਰੀ ਛੁੱਟੀਆਂ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ, ਮਾਫ ਕਰਨਾ ਜੀ ਸੁਪਰੀਮ ਕੋਰਟ ਦੇ ਵਿੱਚ। ਇਹਦੇ ਉੱਤੇ ਕਿਉਂਕਿ ਸੁਪਰੀਮ ਕੋਰਟ ਨੇ ਸਟੇ ਲਾਇਆ ਹੋਇਆ ਜੀ, ਇਹ ਸਟੇ ਜਿਹੜਾ ਆ ਇਹ ਆਧਾਰ ਕਾਰਡ ਨੂੰ ਲਿੰਕ ਕਰਨ ਦੇ ਉੱਤੇ ਆ। ਮੈਂ ਜ਼ਰੂਰ ਕਲੀਅਰ ਕਰਦਾ ਕਿ ਬੈਂਕਾਂ ਦੇ ਨਾਲ ਲਿੰਕ ਕਰਨ ਲਈ ਤੇ ਆਪਣੇ ਸੈੱਲ ਫੋਨ ਦੇ ਨਾਲ ਜਿਹੜਾ ਜੀ ਉਹ ਲਿੰਕ ਕਰਨ ਦੇ ਵਾਸਤੇ 31 ਮਾਰਚ ਤੱਕ, ਉਦੋਂ ਪਹਿਲਾਂ ਸੁਪਰੀਮ ਕੋਰਟ ਦਾ ਜਿਹੜਾ ਜੀ ਉਹ ਫੈਸਲਾ ਆਊਗਾ ਕਿ ਕੀ ਇਹਨੂੰ ਜਿਹੜਾ ਲਿੰਕ ਕੀਤਾ ਜਾ ਸਕਦਾ ਇਹਨਾਂ ਦੇ ਨਾਲ ਜਾਂ ਨਹੀਂ। ਆਧਾਰ ਕਾਰਡ ਬਣਾਉਣ ਦੇ ਉੱਤੇ ਕੋਈ ਸਟੇ ਨਹੀਂ ਗਾ, ਆਧਾਰ ਕਾਰਡ ਜਿਹੜਾ ਜੀ ਉਹ ਬਣਾਇਆ ਜਾ ਸਕਦਾ ਕਿਸੇ ਸਮੇਂ ਵੀ। ਇਹ ਜਿਹੜਾ ਸਟੇ ਆ ਇਹ ਲਿੰਕ ਕਰਨ ਦੇ ਉੱਤੇ ਲੱਗਿਆ ਹੋਇਆ। ਜਦੋਂ ਇਹਦੀ ਸੁਣਵਾਈ ਜਿਹੜੀ ਜੀ ਸ਼ੁਰੂ ਹੋਈ ਡੇਲੀ ਬੇਸਿਸ ਤੇ ਹੋਣੀ ਆ, ਨਾਲ ਦੀ ਨਾਲ ਅਪਡੇਟ ਜਿਹੜੀ ਜੀ ਉਹ ਕਰਾਂਗੇ ਕਿ ਸੁਪਰੀਮ ਕੋਰਟ ਦੇ ਵਿੱਚ ਕਿਹੋ ਜਿਹਾ ਫੈਸਲਾ ਆਉਂਦਾ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਬੰਨੂ ਜੀ, ਬੜੀ ਮਿਹਰਬਾਨੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਹ ਸਨ ਬਲਤੇਜ ਬੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।